ਟੀਮਾਂ ਦੇ ਖਿਡਾਰੀਆਂ ਨੂੰ ਆਉਣ ਪਲੀਜ਼ ਜਲਦ। ਆ ਦੇਰੀ ਵਾਲ ਪਿੰਡ ਆ ਜੀ ਰਵੀ ਹੁਣਾਂ ਦਾ ਜਿਨ੍ਹਾਂ ਨੇ ਰੇਡ ਪਾਈ ਆ ਦੇਰੀ ਵਾਲ ਪਿੰਡ। ਇਧਰਲੇ ਪਾਸੇ ਆਓ ਨੰਬਰ ਰੇਡਰ ਦਾ। ਹਾਂਜੀ ਰਧਾਵਾ ਸਾਹਿਬ ਤੱਕ ਤਾਂ ਜਾਣਕਾਰੀ ਦੇ ਦਿਓ ਬੇ ਬੇ ਆਓ ਆਓ ਵੱਜ ਗਈਆਂ ਤਾੜੀਆਂ। ਜੇ ਤਾੜੀਆਂ ਵੱਜੀਆਂ ਤੇ ਕਿਸੇ ਗੱਲ ਨੂੰ ਹੀ ਵੱਜੀਆਂ। ਓ ਬਲਦੇਵ ਸਿੰਘ ਖੜਾ ਜਵਾਨਾ ਮੋਹਰੇ, ਜੇ ਧੌਲ ਵੱਜ ਗਈ ਤੇ ਮੈਨੂੰ ਲੱਗਦਾ ਗੱਲ ਔਖੀ ਹੋ ਜਾਣੀ ਹੈ। ਤਕੜ ਸਾਹਿਬ ਇਹ ਕਬੱਡੀ ਆ, ਕਬੱਡੀ ਇਹ ਕਬੱਡੀ ਲੱਗਦੀ ਹੈ। ਕੋਈ ਬਾਂਦਰ ਕੀਲਾ ਨਹੀਂ ਖੇਡਦੇ ਖਿਡਾਰੀ, ਇਹ ਤੇ ਕਬੱਡੀ ਆ। ਕਬੱਡੀ ਇੱਥੇ ਟੱਚ ਲਾਉਣਾ ਪੈਣਾ, ਟੱਚ ਲਾਉਣਾ ਪੈਣਾ। ਆਏ ਹਾਏ ਆਹ ਖੁਸ਼ ਹੋ ਗਿਆ ਪਲੇਅਰ, ਖੁਸ਼ ਹੋ ਗਿਆ ਵੀ ਟੱਚ ਲੈ ਕੇ ਹੰਧਿਆਂ 'ਚ ਆ ਗਿਆ ਮੈਂ। ਕਿਆ ਬਾਤ ਹੈ, ਚਟਾਲੇ ਵਾਲਾ ਵੀ ਅੱਜ ਕਬੱਡੀ ਤੇ ਕਬੱਡੀ ਪਾ ਰਿਹਾ। ਉਹ ਸਾਹਿਬਾਨਾਂ ਨੂੰ ਦਿਲਸ਼ਾਨ ਈਸੀ ਸਾਡਾ ਵੀਰ ਛੋਟਾ ਭਰਾ ਪਹੁੰਚਾ, ਸੁੱਖੀ ਵਿਣਗ ਸਾਡਾ ਭਰਾ, ਉਸ ਵੀਰ ਦਾ ਵੀ ਧੰਨਵਾਦ ਜਿੰਨੇ ਭਰਾ ਸਤਿਕਾਰਯੋਗ ਆ, ਰਿਸਪੈਕਟਡ ਸ਼ਖਸੀਅਤਾਂ ਆ। ਸੁਖਬੀਰ ਸਿੰਘ ਜੀ ਚੌਹਾਨ ਸਾਹਿਬ ਸੀਨੀਅਰ ਬੁਲਾਰੇ, ਆਲਮਗੀਰ ਸਾਡਾ ਵੱਡਾ ਬਾਈ ਆ, ਜਿੱਥੇ ਕਹਿੰਦੇ ਉੱਥੇ ਖੜ ਜਾਂਦਾ, ਸਾਰੇ ਭਰਾਵਾਂ ਦਾ ਧੰਨਵਾਦ। ਦੁਨੀਆ ਆਹ ਮੈਚ ਦਾ ਆਨੰਦ ਆਲਮਗੀਰ ਜੀ ਲੈ ਰਹੀ ਆ, ਜ਼ਰੂਰ ਕਰਿਓ ਗੱਲ। ਬਹੁਤ ਵਧੀਆ ਮੈਚ ਚੱਲ ਰਿਹਾ, ਉੱਧਰ ਜਿੰਨੇ ਵੀ ਸਾਡੇ ਕਬੱਡੀ ਦੇ ਪ੍ਰੇਮੀ ਪਹੁੰਚ ਰਹੇ ਨੇ ਉਹਨਾਂ ਦਾ ਸਵਾਗਤ ਹੈ। ਬੁੱਲੋਵਾਲ ਅਤੇ ਲੋਟਾਂ ਦੀ ਟੀਮ, ਕੇਸ਼ੀ ਕਲੱਬ ਕਟਵਾੜਾ ਬੁੱਲੋਵਾਲ ਅਤੇ ਦੂਸਰੇ ਪਾਸੇ ਲੋਟਾਂ ਦੀ ਟੀਮ ਦੇ ਦਰਮਿਆਨ ਜਿਹੜਾ ਅੱਜ ਦਾ ਪਹਿਲਾ ਮੁਕਾਬਲਾ ਹੋਵੇਗਾ, ਪਹਿਲਾ। ਹਾਂਜੀ ਟੀਮਾਂ ਜਿਹੜੀਆਂ ਜਲਦ ਗਰਾਊਂਡ ਦੇ ਵਿੱਚ ਆ ਜਾਣ। ਤਾਂ ਜਿਹੜੀ ਪੈ ਰਹੀ ਹੈ ਕਿ ਪੈਂਦੀਆਂ ਨੇ ਰੇਡਾਂ ਯਾਰੋ ਚੜ ਚੜ ਕੇ, ਅਤੇ ਦੇਖਦਾ ਜ਼ਮਾਨਾ ਸੀਕਰੀ ਦੇ ਖੇਡ ਮੇਲੇ ਨੂੰ ਅੱਜ ਖੜ ਖੜ ਕੇ। ਬਹੁਤ ਲੰਮੇ ਸਮੇਂ ਤੋਂ ਇਸ ਨਗਰ ਦੇ ਵਿੱਚ ਕਬੱਡੀ ਦੀ ਗੱਲ ਕੀਤੀ ਜਾ ਰਹੀ ਹੈ। ਸੋ ਉਧਰਲੇ ਪਾਸੇ ਜੱਫਾ ਜਿਹੜਾ ਉਹ ਖੇਡ ਮੈਦਾਨ ਦੇ ਵਿੱਚੋਂ ਲੱਗਦਾ ਹੋਇਆ ਸ਼ਾਨਦਾਰ ਅੰਦਾਜ਼ ਦੇ ਨਾਲ, ਬਹੁਤ ਵਧੀਆ ਤਰੀਕੇ ਦੇ ਨਾਲ। ਸਾਰੀਆਂ ਰਿਸਪੈਕਟਡ ਸ਼ਖਸੀਅਤਾਂ ਮੇਰੇ ਵੀਰੋ, ਕਿਉਂਕਿ ਖੇਡ ਮੇਲਾ ਸੀਕਰੀ ਦਾ ਚਟਾਲੇ ਵਾਲਾ ਲੱਡੂ ਕਈ ਸਾਲ ਉਹ ਸਵਾਦ ਆ ਦਰਸ਼ਕ ਵੀਰੋ। ਪੁੱਲਰ ਸਾਹਿਬ ਸਾਂਭਿਓ ਬੇ, ਹੁਣ ਗੱਲ ਕੀ ਬਣਦੀ ਹੈ, ਕੀ ਤੋਂ ਕੀ ਹੋ ਗਿਆ, ਮੈਨੂੰ ਕੁਝ ਵੀ ਸਮਝ ਨਾ ਆਵੇ ਕੀ ਤੋਂ ਕੀ ਹੋ ਗਿਆ। ਲਓ ਜੀ ਪੁੱਲਰ ਸਾਹਿਬ ਹੁਣ ਨਹੀਂ ਟਲਦੇ, ਆਹ ਆਏ ਹੋਏ ਕਿਆ ਬਾਤ ਹੈ, ਓਏ ਹੋਏ ਲਾਓ ਜੀ ਹੁਣ ਪੇਚਾ ਪੈ ਗਿਆ। ਬਹੁਤ ਵਧੀਆ ਬਹੁਤ ਵਧੀਆ, ਚਲੋ ਜੀ ਕੋਈ ਗੱਲ ਨਹੀਂ, ਥੋੜਾ ਜਿਹਾ ਮਨੋਰੰਜਨ ਵੀ ਜ਼ਰੂਰੀ ਹੈ ਗਰਾਊਂਡ ਦੇ ਵਿੱਚ। ਹਾਂਜੀ ਬਈ ਟੀਮਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ, ਆਲ ਓਪਨ ਕਲੱਬਾਂ ਦਾ ਪਹਿਲਾ ਮੈਚ ਜਿਹੜਾ ਦੋਨਾਂ ਟੀਮਾਂ ਜਲਦ ਗਰਾਊਂਡ 'ਚ ਬਿਨਾਂ ਕਿਸੇ ਦੇਰੀ ਤੋਂ ਪਹੁੰਚਣ ਗਿਆ। ਮੈਚ ਲਾਸਟ ਬਲਾਂ 'ਤੇ ਆ ਅਤੇ ਕਲੱਬਾਂ ਦੀ ਟੀਮ ਕੋਈ ਵੀ ਸਾਨੂੰ ਹਜੇ ਨਜ਼ਰ ਨਹੀਂ ਆ ਰਹੀ। ਅੱਠ ਟੀਮਾਂ ਚੋਟੀ ਦੀਆਂ ਬਣੀਆਂ, ਸਿਰੇ ਦੇ ਖਿਡਾਰੀ ਆ ਹਰ ਇੱਕ ਟੀਮ ਦੇ ਵਿੱਚ। ਸੋ ਬੇਨਤੀ ਆ ਟੀਮਾਂ ਦੇ ਖਿਡਾਰੀਆਂ ਨੂੰ ਆਉਣ ਪਲੀਜ਼ ਜਲਦ। ਆ ਦੇਰੀ ਵਾਲ ਪਿੰਡ ਆ ਜੀ ਰਵੀ ਹੁਣਾਂ ਦਾ ਜਿਨ੍ਹਾਂ ਨੇ ਰੇਡ ਪਾਈ ਆ ਦੇਰੀ ਵਾਲ ਪਿੰਡ। ਇਹ ਤੱਗੜ ਸਾਹਿਬ ਹੁਣੀ ਦੋ ਖਿਡਾਰੀ ਉੱਧਰ ਦੇ ਦੋ ਉੱਧਰ,
ਇਹ ਲੋਕਲ ਖਿਡਾਰੀ ਵੀ ਵਿੱਚ ਖਿਡਾਏ ਆ। ਬੱਚਾ ਨੂੰ ਬੇਨਤੀ ਹੈ ਵੀ ਵਾਰੀ ਸਰ ਜਿੱਦਾਂ ਮੈਚ ਅਨਾਊਂਸ ਕੀਤੇ ਆ, ਆਪੋ ਆਪਣੀ ਵਾਰੀ ਤੇ ਟੀਮਾਂ ਨੂੰ ਲੈ ਕੇ ਖੇਡ ਮੈਦਾਨ ਦੇ ਵਿੱਚ ਜਲਦੀ ਪਹੁੰਚੋ ਮੇਰੇ ਵੀਰ। ਬੁੱਲੋਵਾਲ ਵਰਸ ਲੋਟਾਂ ਪਹਿਲਾ ਜਿਹੜਾ ਮੁਕਾਬਲਾ ਖੇਡਿਆ ਜਾਵੇਗਾ, ਜਲਦੀ ਨਾਲ ਆ ਜਾਓ ਇਧਰਲੇ ਪਾਸੇ। ਆਓ ਨੰਬਰ ਰੇਡਰ ਦਾ